ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਭ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਗੁਰਦੁਆਰਾ ਸੀਸਗੰਜ ਸਾਹਿਬ ਜੀ ਦੇ। ਅੱਜ ਤੁਹਾਨੂੰ ਇੱਕ ਬਹੁਤ ਹੀ ਵਧੀਆ ਚੀਜ਼ ਦਿਖਾਉਣੀ ਜੀ ਵਧੀਆ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਥਾਨ ਹੈ ਗੁਰਦੁਆਰਾ ਸੀਸਗੰਜ ਸਾਹਿਬ ਦੇ ਬਿਲਕੁਲ ਸਾਹਮਣੇ। ਇਹ ਦੇਖੋ ਜੀ ਵਾਹਿਗੁਰੂ ਜੀ, ਰੋਜ਼ ਸਵੇਰੇ ਵਾਹਿਗੁਰੂ, ਇਹ ਦੇਖੋ ਵਾਹਿਗੁਰੂ ਜੀ, ਇਹ ਰੋਜ਼ ਸਵੇਰੇ ਸੀ ਖੇਡ ਵਾਲੇ ਖਾਲਸਾ ਜੀ ਹੈ ਨਾ, ਇਹਨਾਂ ਬੰਦਿਆਂ ਦੇ ਜਿਹੜਾ ਤੁਸੀਂ ਦੇਖ ਹੀ ਰਹੇ ਹੋ ਇਹਨਾਂ ਨੂੰ, ਇਹਨਾਂ ਦੇ ਰੋਜ਼ ਪੈਰ ਧੋਂਦੇ ਨੇ। ਇਹ ਦੇਖੋ ਵਾਹਿਗੁਰੂ ਜੀ, ਇਹ ਦੇਖੋ ਇਹਨਾਂ ਦੇ ਚੱਕਰ ਦੇ ਜਿਵੇਂ ਸਾਧ ਸੰਗਤ ਜੀ, ਇਹ ਗੁਰੂ ਦੀ ਫੌਜ ਹੈ। ਦਵਾਈਆਂ ਦਿਨ ਮੇਂ ਤੀਨ ਬਾਰ, ਕਿਤਨੀ ਬਾਰ, ਕਿਤਨੀ ਬਾਰ, ਸੁਬਹ ਸ਼ਾਮ, ਸੁਬਹ ਦੁਪਹਿਰ ਰਾਤ, ਸਮਝ ਗਿਆ। ਔਰ ਇਹ ਲੈ ਕੇ ਔਰ ਵਹਾਂ ਬੈਠ ਜਾਓ, ਜਹਾਂ ਪੇ ਵੋ ਆਦਮੀ ਬਣੇ ਹੋ, ਜਿੰਨੇ ਸਭਾ ਕੇ ਜਾਓ, ਅਭੀ ਬੁਲਾਤੇ ਤੁਹਾਰੇ ਕੋ, ਸਾਰੇ ਲੋਕੋ ਕੋ ਜੋ ਮਿਲ ਹੋ ਗਏ, ਦਾਦ ਦਾਦ, ਹਾਂ ਹੋਏ ਹੋਏ ਦਾਦ, ਤੇ ਕੋ ਮੈਨੂੰ ਦੋ ਦੋ ਮਿਲ ਹੋ ਗਏ ਦੇ ਮੇਰਾ, ਹਾਂ ਮਿਲ ਹੋ ਗਏ, ਨਹੀਂ ਹੋਆ ਤਾਂ ਫਿਰ ਦਿਖਾ ਲੈਣਾ। ਇਹ ਤਾਂ ਵਹੀ ਹੈਗੇ ਨੇ ਜੀ, ਇਹਨਾਂ ਦੇ ਪੈਰ ਤੇ ਮੱਟੀ ਲਗਾ ਰਹੇ ਨੇ ਜੀ। ਇਹ ਬੀਬੀਆਂ ਵੀ ਹੈਗੀਆਂ ਜੀ, ਬੀਬੀਆਂ ਵੀ ਇਹਨਾਂ ਦੀ ਸੇਵਾ ਕਰਦੀਆਂ ਨੇ ਜੀ। ਔਰ ਵਾਹਿਗੁਰੂ ਜੀ ਸੇਵਾ ਰੋਜ਼ ਸਵੇਰੇ ਚੱਲਦੀ ਹੈ ਬਿਲਕੁਲ ਠੀਕ ਗੁਰਦੁਆਰਾ ਸੀਸਗੰਜ ਸਾਹਿਬ ਦੇ ਅੱਗੇ। ਇਹ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਖਸ਼ਿਸ਼ ਹੈਗੀ ਹੈ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਖਸ਼ਿਸ਼ ਹੈਗੀ ਹੈ, ਸੱਚੇ ਪਿਤਾ ਵਾਹਿਗੁਰੂ ਜੀ। ਪਹਿਲੇ ਪੂਰਾ ਜ਼ਖਮ ਧੋਇਆ ਜਾਂਦਾ ਜੀ, ਵਾਹਿਗੁਰੂ ਕਿਰਪਾ ਕਰੇ। ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਫੌਜ ਹੈ, ਸੱਚੇ ਪਿਤਾ ਵਾਹਿਗੁਰੂ ਕਿਰਪਾ ਕਰੇ, ਬਖਸ਼ਿਸ਼ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।